ਕੀਤਾ ਸੀਗਾ ਕੌਣ ਸੀਗਾ ਮੇਰਾ 5000 ਸੀ ਜੀ ਅੱਛਾ ਕੀ ਹੋਇਆ ਉਹਨਾਂ ਨੂੰ ਮਾਰਿਆ ਕਿਸੇ ਨੇ ਜੀ ਕੀ ਹਾਲਾਤ ਕੀ ਸੀਗਾ ਜਦੋਂ ਦੇਖਿਆ ਤੁਸੀਂ ਖੂਨ ਸਿਰ ਵੱਡਿਆ ਪਿਆ ਸੀ ਫਿਰ ਤੁਸੀਂ ਕੀ ਕੀਤਾ ਫਿਰ ਮੈਂ ਘਰਦਿਆਂ ਨੂੰ ਦੱਸਿਆ ਜੀ बेनजायज मारिया जी मेरे भरा बाकी तुसीं पुछ सकदे हो जी महल्ले तो जी किन्ना कु रहिंदा रिहा जी उहनां नाल होया की हैगा जी उहनां दी उहनां ने खार कड्डी है जी उहनां नाल जी इही आटो दे मामले वाली जिहड़े मम्मी ने दस्सिया था पहले चोरी करी ना बंदे कौन सी दोस्त सी कौन दोस्त ही हां जी ओहदे दोस्तां ने मारे धोखे नाल बुला के की कह के लेके गए ने पर राजा घर घर सी चलीए घूमन फिरन किते ਇਹ ਸਾਨੂੰ ਕੀ ਪਤਾ ਜੀ ਉਹਨਾਂ ਨੇ ਜਾਂਦੇ ਸਰ ਮਾਰ ਦੇਣਾ ਜੀ ਕਿੰਨੇ ਵਜੇ ਦਾ ਟਾਈਮ ਸੀ ਕਦੀ ਕਿੰਨੇ ਵਜੇ 10 ਦਾ ਟਾਈਮ ਸੀ 112 ਹੈਲਪਲਾਈਨ ਤੇ ਕੰਪਲੇਂਟ ਜਿਹੜੀ ਮਿਲੀ ਸੀ ਉਸ ਕੰਪਲੇਂਟ ਜਿਹੜੇ ਕੰਪਲੇਨੈਂਟ ਹੈਗੀ ਲੜਕੀ ਸੀਮਾ ਉਹਨੇ ਸਾਨੂੰ ਇਨਫੋਰਮ ਕੀਤਾ ਸੀ ਕਿ ਉਹਦਾ ਜਿਹੜਾ ਭਰਾ ਦਾ ਜੋ ਉਹਦੀ ਡਿਊਟੀ ਮਿਲੀ ਹੈ ਉਹਦਾ ਕਤਲ ਹੋ ਗਿਆ ਸੋ ਅਸੀਂ ਮੌਕੇ 'ਤੇ ਜਦੋਂ ਪਹੁੰਚੀ ਪੁਲਿਸ ਪਾਰਟੀ ਮੌਕੇ ਤੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਅਤੇ ਉਹਦੇ ਆਧਾਰ 'ਤੇ ਅਤੇ ਹੋਰ ਅਸੀਂ ਵਿਟਨੈਸਿਸ ਨੂੰ ਸ਼ਾਮਿਲ ਕਰਕੇ ਜਿਹੜੀ ਕੋਸ਼ਿਸ਼ ਕੀਤੀ ਹੈ ਉਹਦੇ ਆਧਾਰ 'ਤੇ ਸਾਡੇ ਕੋਲ ਜਿਹੜਾ ਡਿਸੀਜ਼ਡ ਗੁਰਮੀਤ ਸਿੰਘ ਹੈਗਾ ਉਹਦੇ ਜਿਹੜੇ ਵਾਰਸਾਂ ਨੇ ਬਿਆਨ ਦਰਜ ਕਰਾਇਆ ਕਿ ਇਹਨਾਂ ਦੇ ਮਹੱਲੇ ਦੇ ਰਹਿਣ ਵਾਲੇ ਜਿਹੜੇ ਚਾਰ ਵਿਅਕਤੀ ਜਿਹੜੇ ਕਿ ਇਹਨਾਂ ਦੇ ਲੜਕੇ ਦੇ ਦੋਸਤ ਸੀ ਉਹ ਕੱਲ੍ਹ ਰਾਤ ਨੂੰ ਘਰ ਤੋਂ ਲੈ ਗਏ ਸੀ ਸ਼ਰਾਬ ਪਿਲਾਉਣ ਦੇ ਬਹਾਨੇ ਅਤੇ ਮੁੜ ਕੇ ਜਿਹੜਾ ਸ਼ਰਾਬ ਪੀਂਦੇ ਉਹਨਾਂ ਦੀ ਜਿਹੜੀ ਝਗੜਾ ਹੋ ਗਿਆ ਅਤੇ ਉਹਨਾਂ ਨੇ ਉਹਦਾ ਜਿਹੜਾ ਸਿਰ 'ਚ ਪੱਥਰ ਮਾਰ ਕੇ ਅਤੇ ਜਿਹੜੀਆਂ ਛਾਈਆਂ ਮਾਰ ਕੇ ਉਹਦਾ ਕਤਲ ਕਰ ਸੋ ਅਸੀਂ ਇਹਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਅਸੀਂ ਮੁਕੱਦਮਾ ਦਰਜ ਕਰਤਾ ਅਗਲੀ ਜਿਹੜੀ ਪਟੀਸ਼ਨ ਟੀਮਾਂ ਅਰੈਸਟ ਲਈ ਮੂਵ ਕਰ ਚੁੱਕੀਆਂ ਜਲਦੀ ਆਪਾਂ ਉਹਦੇ ਬਾਰੇ ਤੁਹਾਨੂੰ ਦੱਸਦਾ